ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਗੰਭੀਰ ਹੈ ਉੱਥੇ ਹੀ ਇਸ ਵਿੱਚ ਪੰਜਾਬ ਪੁਲਿਸ ਵੀ ਅਹਿਮ ਯਤਨ ਕਰ ਰਹੀ ਹੈ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਪੁਲਿਸ ਵੱਲੋਂ SP ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਕੈਮਿਸਟ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ DSP ਫਗਵਾੜਾ ਜਸਪ੍ਰੀਤ ਸਿੰਘ ਅਤੇ ਡਰੱਗ ਇੰਸਪੈਕਟਰ ਡਾਕਟਰ ਰਵੀ ਗੁਪਤਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੈਮਿਸਟ ਐਸੋਸੀਏਸ਼ਨ ਫਗਵਾੜਾ ਦੇ ਮੈਂਬਰਾਂ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਕੈਮਿਸਟਾਂ ਵਾਲੇ ਦਵਾਈਆਂ ਦੀ ਆੜ ਵਿੱਚ ਡਰੱਗ ਦਾ ਕੰਮ ਕਰ ਰਹੇ ਨੇ, ਜਿਸ ਦੇ ਚੱਲਦੇ ਹੀ ਉਹਨਾਂ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ। ਉਹਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੰਮ ਨਾ ਕਰਨ ਜਿਸ ਕਾਰਨ ਉਹਨਾਂ ਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਆਵੇ। ਉਹਨਾਂ ਨਾਲ ਹੀ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ। ਅਧਿਕਾਰੀਆਂ ਨੇ ਕਿਹਾ ਕਿ ਅਗਰ ਕੋਈ ਦੁਕਾਨਦਾਰ ਗਲਤ ਦਵਾਈ ਦਿੰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਵੀ ਅਸੀਂ ਬਗਾੜਾ ਦੇ ਜਿੰਨੇ ਵੀ ਕੈਮਿਸਟ ਨੇ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ, ਪ੍ਰਧਾਨ ਸਾਹਿਬ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਹੈ। ਇਹ ਇੱਕ ਅਸੀਂ ਪਲੈਟਫਾਰਮ ਚਾਹੁੰਦੇ ਸੀ ਜਿੱਥੇ ਅਸੀਂ ਆਪਣੀਆਂ ਵੀ ਜਿਹੜੀਆਂ ਕੁਝ ਚੀਜ਼ਾਂ ਹਦਾਇਤਾਂ ਨੇ ਅਸੀਂ ਇਹਨਾਂ ਨੂੰ ਦੇ ਸਕੀਏ, ਇਹਨਾਂ ਦੇ ਨਾਲ ਵਿਚਾਰ ਸਾਂਝਾ ਕਰ ਸਕੀਏ, ਸੋ ਦੈਟ ਜਿਹੜਾ ਮੈਡੀਸਨ ਨਸ਼ਾ ਹੈ ਉਹਦੇ ਉੱਪਰ ਅਸੀਂ ਕੰਬਾਈਂਡ ਇੱਕ ਐਕਸ਼ਨ ਲੈ ਕੇ ਅਤੇ ਉਹ ਖਤਮ ਕਰੀਏ। ਸੋ ਇਹਨਾਂ ਨੇ ਵੀ ਬਹੁਤ ਸਾਨੂੰ ਕੋਆਪਰੇਟ ਕੀਤਾ, ਇਨਸ਼ੋਰ ਕੀਤਾ ਕਿ ਅਸੀਂ ਸਭ ਦੀ ਜਿਹੜੀ ਫੋਰਮੈਲਿਟੀਜ਼ ਨੇ ਕੈਮਿਸਟ ਦੀਆਂ ਜਿਹੜੀਆਂ ਉਹਨਾਂ ਦੇ ਬਿਲਸ ਹੈ ਰਿਕਾਰਡ ਹੈ ਉਹ ਪੂਰਾ ਰੱਖਣਗੇ ਅਤੇ ਸਾਨੂੰ ਪੂਰਾ ਫੁੱਲ ਪੈਚ ਕੋਆਪਰੇਸ਼ਨ ਦੇਣਗੇ। ਅਤੇ ਅਸੀਂ ਵੀ ਆਸ਼ਵਾਸਨ ਦਿੱਤਾ ਕਿ ਜਿਹੜੇ ਕੈਮਿਸਟ ਜੈਨੂਇਨ ਨੇ ਉਹਨਾਂ ਨੂੰ ਅਸੀਂ ਕੋਈ ਸਾਡੀ ਪੁਲਿਸ ਵੱਲੋਂ ਟ੍ਰਬਲ ਨਹੀਂ ਆਏਗੀ, ਪਰ ਜਿਹੜੇ ਇਲੀਗਲ ਐਕਟੀਵਿਟੀਜ਼ ਕਰ ਰਹੇ ਨੇ ਔਰ ਨੋਨ ਪ੍ਰਿਸਕ੍ਰਾਈਬ ਚੀਜ਼ਾਂ ਕਾਊਂਟਰਬੈਂਡ ਚੀਜ਼ਾਂ ਵੇਚ ਰਹੇ ਨੇ ਅਸੀਂ ਉਹਨਾਂ ਦੇ ਉੱਪਰ ਸਖਤੀ ਕਰਾਂਗੇ। ਹਾਂਜੀ ਸਰ, ਅੱਜ SP ਮੈਮ ਦੀ ਕੋਲ 'ਤੇ ਅਸੀਂ ਮੀਟਿੰਗ ਕੀਤੀ ਹੈ। 2-4 ਦਿਨਾਂ ਤੋਂ ਕੁਛ ਸ਼ਿਕਾਇਤਾਂ ਆ ਰਹੀਆਂ ਸੀ ਕੈਮਿਸਟ ਦੀਆਂ ਕਿ ਉਹ ਗਲਤ ਤਰੀਕੇ ਨਾਲ ਦਵਾਈਆਂ ਵੇਚਦੇ ਆ। ਇਸ ਕਰਕੇ ਅਸੀਂ ਪਹਿਲਾਂ ਇਹਨਾਂ ਦਾ ਰਾਬਤਾ ਕਾਇਮ ਕੀਤਾ ਹੈ ਕਿ ਜਿਹੜਾ ਉਹ ਵੀ ਹੈ ਉਹਨਾਂ ਨੂੰ ਸਹੀ ਕੀਤਾ ਜਾਵੇ, ਜੋ ਵੀ ਰਿਕੋਰਡਸ ਹੈ ਉਹਨੂੰ ਪੂਰਾ ਕੀਤਾ ਜਾਵੇ ਅਤੇ ਅਸੀਂ ਰੈਗੂਲਰਲੀ ਚੈਕਿੰਗ ਕਰਾਂਗੇ ਇਹਨਾਂ ਦੀ। ਕੀ ਸ਼ੁਕਰ ਜੀ, ਮੇਰਾ ਨਾਮ ਰਵੀ ਗੁਪਤਾ। ਰਵੀ ਗੁਪਤਾ ਜੀ, ਡਰੱਗ ਇੰਸਪੈਕਟਰ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜਿੱਥੇ SP ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ GI ਨੂੰ ਕਿਹਾ ਗਿਆ, ਉੱਥੇ ਹੀ ਉਹਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਪੁਲਿਸ ਨਾਲ ਹਰ ਪੱਖੋਂ ਸਹਿਯੋਗ ਕਰਨਗੇ ਅਤੇ ਕੋਈ ਵੀ ਦੁਕਾਨਦਾਰ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਉਸ ਨੂੰ ਬਾਅਦ ਵਿੱਚ ਪਰੇਸ਼ਾਨੀ ਝੇਲਣੀ ਪਵੇ। ਉਹਨਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਇਸ ਉਪਰਾਲੇ ਲਈ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ। ਅੱਜ ਨਗਰ ਨਿਗਮ ਦੇ ਮੀਟਿੰਗ ਹਾਲ ਦੇ ਅੰਦਰ ਮਾਨਯੋਗ SP ਸਾਹਿਬ ਔਰ DSP ਸਾਹਿਬ ਔਰ ਡਰੱਗ ਇੰਸਪੈਕਟਰ ਸਾਹਿਬ ਔਰ ਸਾਡੇ ਪ੍ਰਧਾਨ ਜੀ ਔਰ ਜ਼ਿਲ੍ਹਾ ਪ੍ਰਧਾਨ ਜੀ ਸਾਰੀ ਟੀਮ ਐਸੋਸੀਏਸ਼ਨ ਰਲ ਕੇ ਇੱਕ ਮੀਟਿੰਗ ਕੀਤੀ ਆ, ਜਿਹਦੇ ਵਿੱਚ ਤੈਅ ਕੀਤਾ ਕਿ ਨਸ਼ੇ ਦਾ ਜਿਹੜਾ 6-ਮਾਹ ਦਰਿਆ ਵਾ ਉਸ ਨੂੰ ਬੰਦ ਕਰਨ ਦੇ ਲਈ, ਉਸ ਨੂੰ ਦੂਰ ਕਰਨ ਦੇ ਲਈ ਅਸੀਂ ਸਾਰੇ ਰਲ ਕੇ ਜੱਦੋਜਹਿਦ ਕਰਾਂਗੇ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਜਿਹੜੀ ਕੈਮਿਸਟ ਐਸੋਸੀਏਸ਼ਨ ਆ 99% ਜਿਹੜੀ ਆ ਉਹ ਗਲਤ ਕੰਮ ਨਹੀਂ ਕਰਦੀ, ਲੋਕਾਂ ਦਾ ਸਾਥ ਦਿੰਦੀ। ਕਿਸੇ 1% ਕਰਕੇ ਸਾਰੀ ਐਸੋਸੀਏਸ਼ਨ ਨੂੰ ਬਦਨਾਮ ਕਰਨਾ ਬਹੁਤ ਮਾੜੀ ਗੱਲ ਆ। ਔਰ ਬਹੁਤ ਵਧੀਆ ਤਰੀਕੇ ਨਾਲ ਮੀਟਿੰਗ ਹੋਈ ਆ, ਇੰਸਪੈਕਟਰ ਸਾਹਿਬ ਨੇ ਔਰ SP ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਇੱਕ ਰਾਬਤਾ ਬਣਾਇਆ ਇੱਕ ਪਰਿਵਾਰਿਕ ਤੌਰ 'ਤੇ। ਔਰ ਅਗਰ ਕੋਈ ਨਸ਼ਾ ਕਰਦਾ ਨਸ਼ਾ ਵੇਚਦਾ ਅਸੀਂ ਉਸਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਵਾਂਗੇ। ਔਰ ਮੇਨ ਮੈਂ ਗੱਲ ਕਹਿ ਦੇਣੀ ਚਾਹੁੰਦਾ ਕਿ ਐਸੋਸੀਏਸ਼ਨ ਹਮੇਸ਼ਾ ਹੀ ਸਾਥ ਦਿੰਦੀ ਆਈ ਆ, ਇਹਨਾਂ ਨੂੰ ਇੱਕ ਸਤਿਕਾਰਿਕ ਤੌਰ 'ਤੇ ਇਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਥੇ ਅਸੀਂ ਐਸੋਸੀਏਸ਼ਨ ਨੂੰ ਸੱਦ ਕੇ ਮੀਟਿੰਗ ਕਰਦੇ ਹਾਂ ਉੱਥੇ ਜਦੋਂ 2020 ਦੇ ਅੰਦਰ ਲੋਕਾਂ ਦਾ ਸਾਥ ਦਿੱਤਾ ਸੀ, ਲੋਕ ਕਰੋਨਾ ਨਾਲ ਮਾਰੇ ਸੀ ਅਤੇ ਇਹਨਾਂ ਨੇ ਆਪਣੇ ਦੁਕਾਨਾਂ ਦੇ ਦਰਵਾਜ਼ੇ ਖੋਲ੍ਹਤੇ ਸੀ, ਰਾਤ ਨੂੰ ਆਪਣੇ ਘਰ ਖੋਲ੍ਹਤੇ ਸੀ, ਕਿਸੇ ਨੂੰ ਦਵਾਈ ਤੋਂ ਮਨ੍ਹਾ ਨਹੀਂ ਕੀਤਾ ਸੀ, ਲੰਗਰ ਤੱਕ ਲਾਏ ਸੀ।
ਔਰ ਉਹ ਜਿਹੜਾ ਸ਼੍ਰੇ ਆ ਉਹ ਦੇਣਾ ਚਾਹੀਦਾ ਇਸ ਐਸੋਸੀਏਸ਼ਨ ਇਸ ਕਮੇਟੀ ਨੂੰ। ਔਰ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਅਸੀਂ ਲੋਕ ਜਿਹੜੇ ਆ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਲੋਕ ਹਾਂ, ਔਰ ਸਾਡੇ ਵੀ ਪਰਿਵਾਰ ਆ, ਸਾਡੇ ਵੀ ਬੱਚੇ ਆ, ਸਾਡੀ ਇੱਕ ਰਿਸਪੈਕਟ ਆ। ਔਰ ਜਦ ਤੱਕ ਕੋਈ ਜਾਂਚ ਪੜਤਾਲ ਨਹੀਂ ਹੁੰਦੀ ਉਹਨਾਂ ਤੱਕ ਸਾਡੇ ਕੈਮਿਸਟਾਂ ਦੇ ਉੱਪਰ ਕੋਈ ਸਵਾਲ ਨਹੀਂ ਪੈਦਾ ਹੋਣਾ ਚਾਹੀਦਾ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਐਸ ਪੀ ਸਾਹਿਬ ਨੇ ਔਰ ਇੰਸਪੈਕਟਰ ਸਾਹਿਬ ਨੇ ਮੀਟਿੰਗ ਕੀਤੀ ਆ, ਔਰ ਮੈਂ ਸਰਕਾਰ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਜਿਹੜੇ ਕੈਮਿਸਟ ਸਹਿਬਾਨ ਆ ਇਹਨਾਂ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਰਿਸਪੈਕਟ ਦਿੱਤੀ ਜਾਵੇ, ਕਿਉਂਕਿ ਜਦੋਂ ਵੀ ਇਹ ਆਪਣੀਆਂ ਜਾਨਾਂ 'ਤੇ ਖੇਲ ਕੇ ਕਰੋਨਾ ਵਿੱਚ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਔਰ ਨਾ ਕੋਈ ਸਤਿਕਾਰ ਦਿੱਤਾ। ਔਰ ਮੈਂ ਆਪਣੀ ਸਰਕਾਰ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਨੂੰ ਸਤਿਕਾਰ ਕਰਕੇ ਇਹਨਾਂ ਦਾ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤਾਂ ਜੋ ਫਗਵਾੜਾ ਕਿ ਪੂਰਾ ਪੰਜਾਬ ਸਾਡਾ ਜਿਹੜਾ ਨਸ਼ਾ ਰਹਿਤ ਹੋ ਸਕੇ। ਅੱਜ ਸਾਡੀ ਮੀਟਿੰਗ ਹੋਈ ਆ ਸਾਡੇ ਐਸ ਪੀ ਸਾਹਿਬ ਨਾਲ, ਸਾਡੇ ਡਰੱਗ ਇੰਸਪੈਕਟਰ ਨਾਲ, ਸਾਰੇ ਕੈਮਿਸਟ ਆਏ ਗਏ ਨੇ। ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਕਿ ਸਾਡਾ ਕੋਈ ਵੀ ਕੈਮਿਸਟ ਗਲਤ ਕੰਮ ਨਹੀਂ ਕਰਦਾ, ਉਹ ਨਾ ਹੀ ਕਰੂਗਾ। ਅਤੇ ਅਸੀਂ ਆਸ਼ਵਾਸਨ ਦਿੰਦੇ ਹਾਂ ਇਹਦੇ ਨਾਲ ਨਾਲ ਅਸੀਂ ਪ੍ਰਸ਼ਾਸਨ ਨਾਲ ਚੱਲ ਕੇ ਅਸੀਂ ਜੇ ਕੋਈ ਬੰਦਾ ਗਲਤ ਕੰਮ ਕਰਦਾ ਵਾ ਉੱਤੇ ਅਸੀਂ ਖੁਦ ਐਕਸ਼ਨ ਕਰਾਵਾਂਗੇ। ਬਾਕੀ ਸਾਡਾ ਫਗਵਾੜਾ ਬਿਲਕੁਲ ਸਾਫ਼ ਆ, ਕੋਈ ਇੱਦਾਂ ਦੀ ਗੱਲ ਨਹੀਂ। ਨਸ਼ਾ ਜਿਹੜਾ ਵਿਕ ਰਿਹਾ ਵਾ ਦੂਸਰਾ ਵਿਕ ਰਿਹਾ ਵਾ, ਮੈਡੀਸਨ ਹੀ ਵਿਕ ਰਿਹਾ, ਦਸਾਂ ਜਿਹੜਾ ਦੂਸਰਾ ਨਸ਼ਾ ਵਾ ਉਹ ਜਿਹੜਾ ਉਹ ਵਿਕ ਰਿਹਾ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇੱਦਾਂ ਦਾ ਕੋਈ ਸਾਡਾ ਫਗਵਾੜੇ 'ਚ ਨਹੀਂ ਚੱਲਦਾ ਕਰੋ। ਥੈਂਕ ਯੂ, ਧੰਨਵਾਦ।